ਆਰਥਿਕ ਤੰਗੀ ਦੇ ਚਲਦਿਆਂ ਬਠਿੰਡਾ ਦੇ ਇੱਕ ਹੋਰ ਕਿਸਾਨ ਵੱਲੋਂ ਖੁਦਕੁਸ਼ੀ ਕਰ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਮੁਤਾਬਕ ਬਠਿੰਡਾ ਨੇੜਲੇ ਪਿੰਡ ਗੋਬਿੰਦਪੁਰਾ ਦਾ ਕਿਸਾਨ ਗੁਰਚਰਨ ਸਿੰਘ ਕਾਫੀ ਸਮੇਂ ਤੋਂ ਆਰਥਿਕ ਤੰਗੀ ਤੇ ਕਰਜ਼ੇ ਤੇ ਚਲਦਿਆਂ ਪਰੇਸ਼ਾਨ ਸੀ। ਉਸਦੀ ਮਾਂ ਨੂੰ ਕੈਂਸਰ ਹੋਣ ਕਰਕੇ ਉਸਦਾ ਇਲਾਜ ਵੀ ਮੁਸ਼ਕਿਲ ਨਾਲ ਕਰਵਾ ਰਿਹਾ ਸੀ। ਕਰਜ਼ੇ ਦੀ ਪਨ ਪਹਿਲਾਂ ਹੀ ਪਾਰੀ ਸੀ ਅਤੇ ਗੁਰਜੰਟ ਨੇ ਹੋਰ ਲੋਨ ਲੈ ਕੇ ਇੱਕ ਗਾਂ ਖਰੀਦੀ ਸੀ, ਪਰ ਆਉਂਦਿਆਂ ਹੀ ਗਾਂ ਬਿਮਾਰ ਹੋ ਗਈ। ਇਸ ਗੱਲ ਦਾ ਗੁਰਜੰਟ ਨੂੰ ਸਭ ਤੋਂ ਵੱਡਾ ਸਦਮਾ ਲੱਗਿਆ ਤੇ ਅਖੀਰ ਉਸਨੇ ਆਪਣੇ ਖੇਤਾਂ ਵਿੱਚ ਜਾ ਕੇ ਜ਼ਹਿਰੀਲੀ ਸਪਰੇਅ ਪੀ ਕੇ ਆਤਮ ਹੱਤਿਆ ਕਰ ਲਈ। ਮ੍ਰਿਤਕ ਦੇ ਭਰਾ ਹਰਬੰਸ ਸਿੰਘ ਦਾ ਕਹਿਣਾ ਹੈ ਕਿ ਉਸਦਾ ਭਰਾ ਕਰਜ਼ੇ ਕਾਰਨ ਬਹੁਤ ਟੈਨਸ਼ਨ ਵਿੱਚ ਰਹਿੰਦਾ ਸੀ, ਜਿਸ ਕਰਕੇ ਹੀ ਉਸਨੇ ਖੁਦਕੁਸ਼ੀ ਕੀਤੀ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ ਉਹਨਾਂ ਦੇ ਪਰਿਵਾਰ ਦੀ ਮਦਦ ਕਰਨੀ ਚਾਹੀਦੀ ਹੈ। ਦੱਸਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਕਿਹਾ ਸੀ ਕਿ ਕਿਸਾਨ ਮੇਰੀ ਸਰਕਾਰ ਬਣਨ ਤੱਕ ਖੁਦਕੁਸ਼ੀਆਂ ਨਾ ਕਰਨ ਅਤੇ ਸਰਕਾਰ ਬਣਨ ਤੋਂ ਬਾਅਦ ਮੈਂ ਨਹੀਂ ਕਰਨ ਦਿਆਂਗਾ। ਕੈਪਟਨ ਅਮਰਿੰਦਰ ਸਿੰਘ ਨੇ ਅਜੇ ਕਿਸੇ ਕਿਸਾਨ ਦੀ ਬਾਂਹ ਤੱਕ ਨਹੀਂ ਫੜੀ ਹੈ, ਇੱਥੋਂ ਤੱਕ ਕਿ ਉਹ ਕਿਸੇ ਖੁਦਕੁਸ਼ੀ ਕਰ ਚੁੱਕੇ ਕਿਸਾਨ ਦੇ ਘਰ ਵੀ ਨਹੀਂ ਗਏ ਨੇ। ਹਾਲਾਤ ਇਹ ਹਨ ਕਿ ਹਰ ਹਫ਼ਤੇ ਕੋਈ ਨਾ ਕੋਈ ਕਿਸਾਨ ਖੁਦਕੁਸ਼ੀ ਕਰ ਲੈਂਦਾ।